ਬਹਿਜੀ ਫਤਿਹ ਜੀ, ਤੇ ਔਲੂ ਇੱਧਰਲਾ ਬਣ ਗਿਆ ਸਾਡਾ, ਤੇ ਉੱਧਰ ਬੱਚੇ ਸਕੂਲ ਗਏ ਐਕਸਰਸਾਈਜ਼ ਕਰਕੇ, 3.5-4 ਕਿਲੋਮੀਟਰ ਰਨਿੰਗ ਲਾ ਕੇ, 10-10 ਗਿਰੀ ਰੱਸਾ ਲਾ ਕੇ, ਤੇ ਉੱਧਰ ਹੁਣ ਹਿੰਡਬਾਲ ਲਾ ਰਹੇ ਆ, ਤੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਔਲੂ ਆਪਣੇ ਤਿਆਰ ਕਰੇ ਹੋਏ। ਠੀਕ ਹੈ ਜੀ, ਆਹ ਖਿੱਚ ਸੀ ਇੱਥੇ ਵਿਚਾਲੇ ਸੀਗੀ, ਖਿੱਚਾ ਖੰਭੇ ਵਾਲੀ, ਅਤੇ ਜੀ ਉਹ ਨੀਲਾ ਬੰਨਿਆ ਹੋਇਆ ਇੱਥੇ ਸੀਗੀ, ਇਹ ਪੱਟ ਕੇ ਉੱਥੇ ਕੀਤੀ ਆ, ਇਹ ਰਾਹ ਹੋਵੇ ਹੁਣ ਟਰੈਕਟਰ ਵੀ ਇੱਥੇ ਲੱਗ ਸਕਦਾ, ਅਤੇ ਆਹ ਔਲੂ ਦਿਖਾ ਦੇਵੇ ਤਾਂ ਕਰਕੇ, ਅਤੇ ਇਹਦੇ ਉੱਤੇ ਪਾਵਾਂਗੇ ਆਪਾਂ 7, ਅਤੇ ਇਹ ਛੋਟਾ ਔਲੂ ਆ ਜਵਾਕਾਂ ਲਈ ਲਾਉਣ ਲਈ, ਉੱਧਰ ਪਾਸੇ ਫੜ ਕੇ ਵੀ ਲਾ ਸਕਦੇ ਹਾਂ, ਇੱਕ ਆਹ ਔਲੂ ਕੱਲ੍ਹ ਤਿਆਰ ਕੀਤਾ ਆ। ਠੀਕ ਆ ਜੀ, ਇੱਥੇ ਇੱਥੇ ਫਸ ਲੱਗੂਗਾ ਪਾਣੀ ਇਹਦੇ ਵਿੱਚ ਨਹੀਂ ਹੋ ਕੇ, ਨਾਲੇ ਤਾਂ ਪੜਦਾ ਹੋ ਗਿਆ ਇੱਧਰੋਂ, ਕਿ ਮਰਜ਼ੀ ਨਹਾਈ ਜਾਣ, ਅਤੇ ਨਾਲੇ ਬੱਲੇ ਬੱਲੇ ਹੋ ਗਏ। ਠੀਕ ਆ ਜੀ, ਹੁਣ ਆਪਾਂ ਦੇਖਦੇ ਹਾਂ ਉੱਧਰ ਕਿੱਕਾ ਬੈਠਾ, ਕਿੱਕੀ ਕਿੰਨੀ ਕੈਰਾ, ਬਹਿ ਜਾ ਪੁੱਤ, ਹੁਣ ਰੱਸੇ ਪਾਏ ਹੋਏ ਆ, ਛਾਂ ਪੂਰੀ ਆ ਬਾਬੇ ਦੀ ਫੁੱਲ ਕਿਰਪਾ, ਇਹ ਜਾਮਣਾ ਫੁੱਲ ਲੱਗੀਆਂ ਹੋਈਆਂ ਨੇ, ਟਾਈਮ ਹੋ ਗਿਆ ਬਈ, ਟਾਈਮ ਹੋ ਗਏ, ਗੋਲ ਗੁੱਡ, ਬੰਦੇ ਨੂੰ ਨੱਪ ਕੇ ਨੱਪ ਕੇ ਖਿੰਡ ਕੇ, ਟਕਾ ਕੇ ਜਾਵਾਂ ਪਾਸ ਦੇ ਕੇ, ਗੁਜਰਾ ਕਿੱਥੇ ਪਾਸ ਦਿੱਤੀ ਆ, ਲੈ ਓ ਆ ਪਾਸ ਆ, ਲੈ ਤੂੰ ਕਹੀ ਉਹਨੂੰ ਜਾਣਾ ਪਾਸ, ਤੂੰ ਟਕਾ ਕੇ ਪਾ ਦੇ, ਆ ਦੇ ਆ ਦੇ, ਲੈ ਕਿੱਥੇ ਪਾਸ ਦਿੱਤੀ ਆ ਯਾਰ, ਉਹਨੂੰ ਕਹੀ ਜਾਣਾ ਭੱਜ ਲੱਗ ਗਏ, ਮੈਂ ਕਿਹੜਾ ਜਿੰਨੇ ਤੁਸੀਂ ਪੁਰਾਣੇ ਹੋ ਤੁਹਾਡਾ ਦਿਮਾਗ ਹੀ ਨਹੀਂ ਕੰਮ ਕਰਦਾ ਲੱਗਦਾ ਮੈਨੂੰ, ਗੋਲ ਗੁੱਡ, ਪਾਸ ਦਓ ਸਹੀ ਤਰੀਕੇ ਨਾਲ, ਫਿਰ ਦੂਜੇ 'ਚ ਕੱਢ ਦਿੰਦੇ ਕਸੂਰ, ਤੂੰ ਉੱਥੇ ਨਹੀਂ ਗਿਆ, ਬਾਲ ਹੱਥਾਂ 'ਚ ਆਉਣੀ ਚਾਹੀਦੀ ਆ, ਹੱਥਾਂ 'ਚ, ਹਾਂ ਗੁੱਡ ਹਰਿਆਣਾ, ਬਣ ਗਈ ਬਾਲ, ਬਣ ਗਈ, ਗੋਲ ਹੋ ਗਿਆ ਬਈ, ਗੁੱਡ, ਨਾਲੇ ਰੋਕਣਾ ਹੀ ਰਸ਼ ਨਹੀਂ ਕਰਨਾ, ਟਕਾ ਕੇ ਪਾਸ ਦਾ ਕੰਮ ਆ, ਇਹ ਗਲਤ ਪਾਸ, ਹੱਥਾਂ 'ਚ ਆਉਣੀ ਚਾਹੀਦੀ ਬਾਲ, ਹੱਥਾਂ 'ਚ, ਲੈ ਵਾਹ ਬਈ ਵਾਹ, ਯਾਰ ਅੱਖਾਂ ਤਾਂ ਖੋਲੋ, ਬਾਰਸ ਦੇਣ ਲੱਗੇ, ਬਾਹਲੀ ਤੇਜ਼ ਹੋਣ ਦੀ ਲੋੜ ਨਹੀਂ, ਪਾਸ ਸਹੀ ਸਿੱਟੋ ਪਾਸ, ਕਹਿ ਕਹਿ ਹੋ ਗਏ ਹੈਂ, 3-1, 3-3 ਨਹੀਂ, 3-1, 3-1, ਉਦੋਂ ਬਾਅਦ ਸਟਾਰਟ ਹੋਈ ਆ ਗੇਮ, ਬਾਹਰ ਆ ਵੀ ਬਾਹਰ ਬਾਹਰ, ਬਿੱਲੂ ਤੇਰੀ, ਬਿੱਲੂ ਬਿੱਲੂ ਬਿੱਲੂ।
ਗੋਡ 2-3 ਠੀਕ ਹੈ ਚੱਲ ਤੂੰ ਇੱਕ ਪਾਸੇ ਹੋ ਜਾ ਪੜਦਾ ਤੇਰੇ ਕਿੰਨੇ ਹੋ ਗਏ ਚੱਲ ਇੱਕ ਜਣਾ ਟੀ ਸ਼ਰਟ ਲਾ ਲਓ ਇੱਕ ਜਣਾ ਚੱਲ ਟੀ ਸ਼ਰਟ ਲਾ ਸਿੱਧੇ ਤੂੰ ਰੱਬੋ ਹੋਣਾ ਬਾਲਾ ਛੇ ਜਣੇ ਫੁਰਤੀ ਮਾਰ ਇਹਨਾਂ ਦੇ 10-10 ਗੇੜੇ ਸਵੇਰੇ ਹੋ ਗਏ 6-6 ਹੁਣ ਹੋ ਗਏ ਮਤਲਬ 3-3.5 ਕਿਲੋਮੀਟਰ ਸਵੇਰੇ ਹੋ ਗਈ 2 ਹੁਣ ਹੋ ਗਈ 3-3 ਬਾਈ 3-3 ਬਾਲਾ ਭੱਜੋ ਨਾ ਪਾਸ ਛੱਡੋ ਪਾਸ ਦੱਸਦਾ ਸਹੀ ਹੱਥਾਂ ਚ ਨੋ ਗੋਲ ਟੱਚ ਆ ਟੱਚ ਉਹਦੇ ਖੰਭਾ ਕਰ ਖੜਾ ਇਹਨੂੰ 3-3 ਨਾਲੇ ਬੰਦਾ ਇੱਧਰ ਹਾਫ ਸਾਈਡ ਨਹੀਂ ਹੋਣਾ ਚਾਹੀਦਾ ਤੁਹਾਡਾ ਨਾ ਉਧਰਲੇ ਪਾਸੇ ਨਾ ਇੱਧਰ ਗੁੱਡ ਬਣ ਗਈ ਤਾਂ ਜਿਹੜਾ ਮਿਹਨਤ ਕਰੂਗਾ ਉਹੀ ਉਹੀ ਜਿਹੜਾ ਭੱਜੂਗਾ ਜਿਹੜਾ ਖੜੇ ਹੀ ਬਾਲ ਭਾਲਦਾ ਉਹਨੂੰ ਨਹੀਂ ਮਿਲਣੀ ਬਾਲ ਉਹਦਾ ਹੱਥ ਵੀ ਹਜੇ ਕਈਆਂ ਦਾ ਹੱਥ ਨਹੀਂ ਲੱਗਿਆ ਕਈਆਂ ਦਾ ਹੱਥ ਨਹੀਂ ਲੱਗਿਆ ਹਜੇ ਬਾਬੇ ਦਾ ਹੱਥ ਨਹੀਂ ਲੱਗਿਆ ਬਾਬੇ ਦਾ ਹੱਥ ਨਹੀਂ ਲੱਗਿਆ ਕਹਿੰਦੇ ਹਜੇ ਲੱਗਿਆ ਨਹੀਂ ਨਾ ਅੰਬੇ ਦਾ ਲੱਗਿਆ ਲਾਊ ਲਾਊ ਬਾਬਾ ਹੱਥਣ ਨਾ ਤਾਂ ਅੰਬੇ ਦਾ ਹੱਥ ਲੱਗਿਆ ਜੇ ਨਾ ਬਾਬੇ ਦਾ ਲੱਗਿਆ ਹੁਣ ਲੱਗ ਗਿਆ ਲਾਤਾ ਲਾਤਾ ਹੱਥ ਟੱਚ ਆ ਬਈ ਪਿੱਛੇ ਟੱਚ ਸੀ ਐਡੀ ਦੂਰੋਂ ਨਹੀਂ ਪਾਸ ਦਿੰਦਾ ਇੱਥੇ ਬਿੱਲੂ ਫੇਰ ਬਣਦੀ ਸੀ ਗੱਲ ਜੀਂਦ ਵਾਲਿਆਂ ਨੇ ਟੱਚ ਲਾਤਾ ਤੈਨੂੰ ਉੱਧਰ ਗੋਲ ਹੋ ਗਿਆ ਸੀ ਹੁਣ ਹੋ ਗਿਆ ਸੀ ਬਈ ਦੱਸੋ ਬਾਬਾ ਗੋਲ ਇੱਧਰ ਤੁਹਾਡੇ ਵੱਲ 4-3 ਦੂਰੋਂ ਗੋਲ ਨਹੀਂ ਮੰਨਣਾ ਹੈਗਾ 2 ਕਰਮ ਤੋਂ ਗੋਲ ਮੰਨਣਾ 2 ਕਰਮ ਤੋਂ ਨੋ ਗੋਲ ਨਾਲੇ ਧਰਤੀ ਦੇ ਥਾਰ ਨਾਲ ਦੀ ਆਹੀ ਬਾਲ ਗਈ ਉਹੀ ਖਰਾਬ ਕਰਤੀ ਆਹੀ ਗੇਰੀ ਹੱਥ ਲੱਗਿਆ ਆਹੀ ਗੇਰੀ ਖਰਾਬ ਕਰਤੀ ਨਾਲੇ ਉੜ ਕੇ ਨਹੀਂ ਬਾਲ ਜਾਣੀ ਚਾਹੀਦੀ ਘੱਟੋ ਘੱਟ ਲੱਕ ਤੋਂ ਥੱਲੇ ਗੋਲ ਮੰਨਾਂਗੇ ਬੈਕ ਮੋੜ ਲਾ ਬੈਕ ਮੋੜ ਲਾ ਬੈਕ ਮੋੜ ਲਓ ਬੈਕ ਮੋੜ ਲਓ ਯਾਰ ਬੈਕ ਮੋੜ ਲਓ
ਬੈਕ ਮੋੜ ਲਾ, ਪਿੱਛੇ ਚਲਾ ਜਾ, ਕਾਹਨੂੰ ਫਸਾਈ ਜਾਂਦਾ ਬਾਲ, ਪਿੱਛੇ ਹੋ ਜਾਓ, ਪਿੱਛੇ ਚਲਾ ਜਾ ਯਾਰ, ਪਿੱਛੇ ਮੋੜ ਲਾ, ਟਕਾ ਕੇ ਮੋੜ ਲਾ, ਟੱਚ ਕਰੂ ਉਹਨੂੰ ਦੇ ਦੀ। ਗੁੱਡ ਗੇਮ, ਗੁੱਡ ਗੇਮ, ਗੁੱਡ ਬਾਬਾ, ਖਰੂ ਖਰਾਬ 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 ਕਰਤੀ 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 ਓ ਇੱਕ ਮਿੰਟ ਜੀ, ਓ ਟੱਚ ਹੋਏ ਤੇ ਦੋ ਕਰਮ ਦੇ ਫਰਕ ਤੋਂ ਗੋਲ ਮੰਨਣਾ, ਜੇ ਨਾ ਟੱਚ ਆ, ਜੇ ਟੱਚ ਆ ਦੋ ਕਰਮ 'ਚ ਫਿਰ ਪਾਸ ਦੇ ਕੇ ਗੋਲ ਮੰਨਾਂਗੇ। ਬਾਲ ਉੱਠ ਕੇ ਨਹੀਂ ਜਾਣੀ ਚਾਹੀਦੀ, ਲੱਕ ਤੋਂ ਥੱਲੇ ਥੱਲੇ ਬਾਲ ਜਾਣੀ ਚਾਹੀਦੀ ਆ। ਗੁੱਡ ਬਾਬਾ ਗੋਲ, ਗੁੱਡ ਹਰਿਆਣਾ ਇਹਨਾਂ ਦੀ ਆ ਬਈ, ਬਾਰ ਕੀ ਦੀ ਆ। ਬਾਰ ਬਾਰ ਨਾ ਨਾ ਇਹਨਾਂ ਦੀ ਆਏ ਲੋ, ਇਹਨਾਂ ਦੇ ਹੌਲੀ ਬਈ ਹੌਲੀ ਬੱਜਾ ਕਰੋ ਬੱਚ। ਖਿਲਾ ਲਓ ਇਹਨੂੰ, ਆ ਖਿਲਾ ਲਓ, ਬੰਦਾ ਹੋਰ ਲਾ ਦੋ ਉੱਥੇ, ਰਾਹੁਲ ਉੱਥੇ ਚੱਲ, ਉਹਨੂੰ ਪਿੱਛੇ ਕਰ ਰਾਹੁਲ, ਤੂੰ ਕਰ ਚੱਲ ਉੱਥੇ। ਬਚਾ ਕੇ ਬਚਾ ਕੇ ਬਚਾ ਕੇ ਇੱਕ ਮਿੰਟ ਇੱਕ ਮਿੰਟ, ਓ ਚੁੱਪ ਖਾਨ, ਗੁੱਡ, ਬਸ 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 ਬਸ, ਕਾਹਨੂੰ ਝੂਠ ਬੋਲਦੇ ਯਾਰ। ਕੀ ਕਰਦਾ ਖਾਨ, ਟੱਚ ਕਰ ਸਕਦੇ ਹੋ, ਪੁੱਤ ਖੋਣੀ ਨੀ ਬਾਬਾ। ਨੋ ਗੋਲ, ਉਹ ਖੰਭਾ ਤੋੜਤਾ ਉਹਨੇ, ਕਿੰਨੇ ਕਿੰਨੇ ਹੋ ਗਏ, ਰਾਜਸਥਾਨ ਹਾਫ ਸਾਈਡ ਖੜਾ ਵੀਰੇ, ਹਰ ਚਾਚਾ ਇੱਧਰ ਆ ਜਾ, ਹਾਫ ਸਾਈਡ ਆ, ਇੱਧਰ ਆ ਜਾ, ਆ ਜਾ।
ਨੋ ਗੋਲ ਟਾਚਾ 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 ਨੋ ਗੋਲ ਉਹ ਨਵੇਂ ਦਾ ਪਤਾ ਹੀ ਨਹੀਂ ਲੱਗਦਾ ਨਵੇਂ ਦਾ ਪਤਾ ਹੀ ਨਹੀਂ ਲੱਗਦਾ ਰਾਹ ਦਾ ਬਾਹ ਪਹੀ ਚ ਨਹੀਂ ਜਾਣਾ ਬਈ ਲੈ 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 ਕੋਈ ਨਾ ਫੌਲ ਕੋਈ ਗੋਲ ਨੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੇਖ ਲੈ ਕਿੰਨਾ ਦੋ ਸਾਲ ਹੋਣ ਵਾਲਾ ਵੀ ਟੱਚ ਤੇ ਅਸੀਂ ਖੜ ਕੇ ਪਾਸ ਦੇਣੀ ਆ ਇੰਨੀ ਸਖਾਲੀ ਨੀ ਹੈਗੀ ਗੇਲ ਗੇਮ ਖਿੱਚ ਕੇ ਖਿੱਚ ਕੇ ਪਾਸ ਦੇ ਪਾਸ ਦੇ ਪਾਸ ਦੇ ਯਾਰ ਲੈ ਬਾਹਰ 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 ਨੋ 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 ਬਾਲ ਤਾਂ ਮੂਹਰੇ ਫਿਰਦੀ ਆ ਤੁਰੀ ਯਾਰ ਬਾਲ ਮੂਹਰੇ ਚਾਹੀਦੇ ਤੁਹਾਡੀ ਕਿਆ ਕਿਆ ਹੋ ਗਏ ਸੱਤ ਕੀ ਦੇ ਸੱਤ ਛੇ ਉਹ ਵੀ ਬੇਕਾਰ ਆ ਜੂੜੇ ਜਿਹੇ ਵਾਲਾ ਉਹ ਵੀ ਬਾਲ ਖਰਾਬ ਕਰਤੀ ਪਿੱਛੇ ਮੋੜ ਲਓ ਯਾਰ ਬਾਲ ਤੁਸੀਂ ਵੀ ਪਤਾ ਨਹੀਂ ਕੀ ਮੋਟਰਸਾਈਕਲ ਤਾਂ ਰਿਹਾ ਤੁਸੀਂ ਪਿੱਛੇ ਮੋੜ ਲਓ ਜੀਂਦ ਵਾਲਾ ਤਿੰਨ ਚਾਰ ਪਾਸ ਤੇਰੇ ਗਲਤ ਹੋ ਗਏ ਹੱਥਾਂ ਜਾਣੀ ਚਾਹੀਦੀ ਬਾਲ ਤਾਂ ਬਾਲ ਜਿਹੜੀ ਤਾਹਾਂ ਤੇ ਵੀ ਉੜ ਕੇ ਜਾਂਦੀ ਹੈ ਨਾ ਉਹ ਵੀ ਹੱਥ ਮਾਰਦਾ ਅਗਲਾ ਪੰਡਿਤ ਜੀ ਚਾਰ ਚਾਰ ਹੋ ਗਏ ਉਹ ਭਾਈ ਜੇ ਬੇਈਮਾਨੀ ਕਰੋਗੇ ਆਈ ਹੋਊ ਪਿੱਛੇ ਖੜਿਆ ਕਰੋ ਪਹਿਲੇ ਉੱਥੇ ਖੜ ਜਾਣੇ ਗੋਲਾਂ ਚ ਅੱਗੇ ਅਗਲੇ ਦੇ ਤਾਂ ਬਈ ਮਾਪਾ ਹੋ ਗੋਲ ਫਿਰ ਹੋ ਗਏ ਚਾਰ ਗੋਲ ਖਰਾਬ ਹੋ ਗਏ ਚਾਰ ਸੱਤ ਸੱਤ ਦਸਾਂ ਦਾ ਪਾੜਾ ਵਾ ਜਿੱਤ ਹਾਰ ਦਸਾਂ ਤੇ ਟਕਾ ਕੇ ਟਕਾ ਕੇ ਟਕਾ ਟਕਾ ਕੇ ਗਲਤ ਆ ਬਾਲ ਤੇਰੀ ਇਹ ਗੋਲ ਗੋਲ ਤੁਹਾਡੇ ਅੱਠ ਹੋਏ ਬਾਲ ਆ ਗਈ ਬਾੜਾ ਬੱਕ ਨਾ ਹੋੜਾ ਰੋਣੀ ਬੱਕ ਫੇਰ 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 ਪਿੱਛਾ ਕਿਸਾਨ
ਬੈਕ ਮੋੜ ਲਾ, ਬੈਕ ਮੋੜ ਲਾ, ਬੈਕ ਮੋੜ, ਬੈਕ ਮੋੜ, ਹਾਂ ਟਿਕਾ ਕੇ ਟਿਕਾ ਕੇ, ਇੱਧਰ ਲਓ ਪਿੱਛੇ ਬਾਲ, ਬੈਕ ਬਿੱਲੂ ਪਾਲ ਲੈ ਪਿੱਛੇ, ਬਿੱਲੂ ਇੱਧਰ ਨਿਕਲ ਗਏ, ਹਾਂ ਪਿੱਛੇ ਲੈ ਪਿੱਛੇ ਬਾਲ, ਗੋਡ ਬਾਸ ਆ ਵੀ ਹਾਫ ਸਾਈਡ ਸੀ, ਹਾਫ ਸਾਈਡ ਸੀ ਨਾ ਤਾਂ ਹੀ ਨਹੀਂ ਗੋਲ ਹੋਇਆ, ਨੌ ਸੱਤ ਬੰਦਾ ਫੜੋ, ਖਤਮ ਹੁੰਦੀ ਸੀ ਗੇਮ ਉੱਥੇ, ਪਿੱਛੇ ਪਿੱਛੇ ਹੋਵੋ ਬਈ, ਆਪਦਾ ਬੰਦਾ ਪਿੱਛੇ ਆਪਦਾ ਹੋਵੋ, ਫੇਰ ਕਹੂੰ ਹਾਫ ਸਾਈਡ ਆ, ਆਖਰੀ ਆਖਰੀ ਬਾਲ ਆ ਟਕਾ ਕੇ, ਨਵੇਂ ਬੰਦੇ ਦਾ ਮਤਲਬ ਹੀ ਨੀ ਨਵਾਂ, ਕਿੰਨਾ ਮਰਜ਼ੀ ਫਿੱਟ ਆ, ਆ ਬੜੋ ਵਿੱਚ ਲੈ ਕੇ ਦਸ ਸੱਤ
ਜੇ ਬਾਲਾ ਕਹਿੰਦਾ ਇੱਕ ਗੋਲ ਦਾ ਹੋਰ ਰੱਖ ਲੈਂਦੇ ਆ ਪਹਿਲੇ ਵੀ ਸਾਡੇ।